तन तन रामदास गुर तन तन रामदास गुर
जिनी तू सेविया पाओ पर से तुद पार उतारिया लभ लो तन सो तेरा थान है सच तेरा पैस कारिया तन सो तेरा थान है सच तेरा पैस कारिया सच नानक तू लहना तू है गुर अमर तू विचारिया नानक तू लहना तू है गुर अमर तू विचारिया गुर अमर तू विचारिया ਸਮਾਪਤੀ ਗੁਰੂ ਰਾਮਦਾਸ ਮਹਾਰਾਜ ਜੀ ਸਿਫਤ ਤੋਂ ਸਲਾਹ ਜੋ ਅੱਜ ਸੱਤਾ ਅਤੇ ਬਲਵੰਡ ਨੇ ਕੀਤੀ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਆਪ ਸੰਗਤ ਨੇ ਬਹੁਤ ਹੀ ਨਾਲ ਕੀਰਤਨ ਸਹਿਯੋਗ ਦਿੱਤਾ ਹੈ
ਬਹੁਤ ਬਹੁਤ ਧੰਨਵਾਦ ਹੈ ਸਾਧ ਸੰਗਤ ਦਾ ਔਰ ਮਹਾਂਪੁਰਸ਼ਾਂ ਦਾ, ਸੰਤ ਪ੍ਰਿਤਪਾਲ ਸਿੰਘ ਜੀ, ਸੰਤ ਅਜੀਤ ਸਿੰਘ ਜੀ ਜੋ ਹਮੇਸ਼ਾ ਹੀ ਦਾਸ ਦੇ ਜਥੇ ਨੂੰ ਨਵਾਜਦੇ ਹਨ ਔਰ ਕੀਰਤਨ ਦੀ ਸੇਵਾ ਗਾਹੇ ਬਗਾਹੇ ਇਸ ਪਵਿੱਤਰ ਸਥਾਨ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਲੈਂਦੇ ਹਨ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਸੇ ਤਰ੍ਹਾਂ ਆਪ ਦੀ ਸੇਵਾ ਕਰਦੇ ਰਹੀਏ ਔਰ ਹੋਰ ਸੁਚੱਜੇ ਢੰਗ ਦੇ ਨਾਲ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥਾ ਮਿਲੇ। ਐਸੀ ਅਰਦਾਸ ਬੇਨਤੀ ਗੁਰੂ ਮਹਾਰਾਜ ਚਰਨਾਂ 'ਚ ਕਰਨੀ ਜੀ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਕੀਰਤਨ ਦੀ ਸਮਾਪਤੀ ਹੈ, ਆਨੰਦ ਸਾਹਿਬ ਦੇ ਪਾਠ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ, ਸਹਿਜ ਸਿੱਧੀ ਮਨ ਵਿੱਚ ਆਵਾ ਧਾਇ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਹਰਨਾ, ਸਾਚੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਚ ਦੂਤ ਵਸੇ ਕਾਲ ਪੰਡਿਤ ਮਾਰੇ, ਗੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਕਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਅੰਤ ਸੁਨਾਵਣ ਭਾਗੀ ਹੋ ਸਗਲ ਮਨੋਰਥ ਪੂਰੇ, ਸੁਣੀ ਸੱਚੀ ਬਾਣੀ, ਸੰਤ ਸਾਧਨ ਪਾਏ ਸਰਸੇ ਪੂਰੇ ਗੁਰਤੇ ਜਾਣ, ਸੁਣਤੇ ਪੁਨੀਤ ਕਹਤੇ ਕੋਈ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਵਾਹਿਗੁਰੂ ਸਲੋਕ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗੀਆਂ ਬੁਰਿਆਈਆਂ ਵਾਚ ਤਰਮ ਹਦੂ ਕਰਮੀ ਆਪ ਆਪਣੀ ਕੇ ਨੇੜੇ ਕੇ ਦੂ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਗਾਲ, ਨਾਨਕ ਤੇ ਮੁਖ ਉਜਲੇ ਇਹਦੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।